ਤੇ ਜਿਹੜਾ ਆ ਘਰ ਨਾ ਇਹ ਹੁਣ ਮੇਰੇ ਕੋਲ ਥਾਂ ਹਾਂਜੀ ਇੱਥੇ ਇੱਕ ਮੀਆਂ ਹੁੰਦਾ ਸੀ ਹਾਂ ਹਾਂਜੀ ਇੱਥੇ ਮੁਸਲਮਾਨ ਰਹਿੰਦੇ ਸੀ ਉਹ ਰਾਈ ਸੀਗੇ ਰਾਈ ਸੀਗੇ ਹਾਂਜੀ ਉੱਥੇ ਮਕਾਨ ਉਹਨਾਂ ਦਾ ਰਹਿਮਤ ਅਲੀ ਦਾ ਹਾਂ ਐਂ ਪਿੰਡ ਜਵਾਂ ਗਏ ਪਰ ਉਹਨਾਂ ਭਰਾ ਨਵਾਬ ਹੁੰਦਾ ਸੀ ਅੱਛਾ ਦਾਦਾ ਜੀ ਨੇ ਮੁਸਲਮਾਨ ਭਾਈਚਾਰੇ ਵਾਸਤੇ ਮਸੀਤ ਬਣਾ ਕੇ ਦਿੱਤੀ ਸੀ ਹਾਂ ਖਰਚਾ ਆਪ ਕੀਤਾ ਆਪ ਦੇ ਪੱਲੋਂ ਸਭ ਕੁਝ ਲਾਇਆ ਸਾਡੇ ਪਿੰਡ ਦੇ ਮੁਸਲਮਾਨ ਜਿੰਨੇ ਸੀ ਨਾ ਬੜਾ ਮਾਲ ਕਰਾਚੀ ਲੈ ਕੇ ਜਾ ਵੇਚਦੇ ਅਤੇ ਕਰਾਚੀ ਉਹ ਇੱਥੇ ਲਿਆਉਂਦੇ ਅਸੀਂ ਉਹਨਾਂ ਨੂੰ ਗੱਡੀਆਂ 'ਤੇ ਲੱਦ ਕੇ ਆਪ ਛੱਡ ਕੇ ਆਏ ਸਮਾਨ ਬਾਰਡਰ ਤੱਕ ਉਹਨਾਂ ਦਾ ਅੱਛਾ ਉਹਨਾਂ ਦਾ ਸਮਾਨ ਤੁਸੀਂ ਆਪ ਹੀ ਛੱਡ ਕੇ ਆਏ ਹੋ ਮੇਰਾ ਨਾਂ ਹਰਚਰਨ ਸਿੰਘ ਹਰਚਰਨ ਸਿੰਘ ਇਹ ਪਿੰਡ ਆਵਾ ਇਹ ਆਬਾਦ ਕਿਵੇਂ ਹੋਇਆ ਸੀ ਇਹ ਆਬਾਦ ਤਾਂ ਸੀ ਸਾਡੇ ਤੋਂ ਪਹਿਲਾਂ ਹਾਂਜੀ ਮੈਂ ਥੋੜ੍ਹੇ ਜਿਹੇ ਪਿੰਡ ਸੀ ਇਸ ਪਾਸੇ ਇੱਕ ਛੱਪੜ ਆ ਉੱਥੇ ਆਵਾ ਜਾ ਲਿਖਾਉਂਦਾ ਸੀ ਇੱਟਾਂ ਉੱਤੋਂ ਸੀ ਤਾਂ ਕਰਕੇ ਆਵਾ ਸੀ ਅੱਛਾ ਮਤਲਬ ਪੱਠੇ ਨੂੰ ਜਿਹੜਾ ਉਹ ਵਾਲਾ ਆਵਾ ਉਹ ਅਸੀਂ ਵੇਖਿਆ ਉਹ ਵੱਡਿਆ ਮੈਨੂੰ ਆਇਆ ਉਹ ਅਸੀਂ ਘਰਾ ਕੇ ਖਾਲੇ 'ਚ ਵਾ ਤਾ ਅਤੇ ਮੁੜ ਕੇ ਬਰਬਲਦੀ ਹੋ ਗਈ ਫਿਰ ਉਹ ਚੰਗਾ ਮਾੜਾ ਕਰਕੇ ਇੱਕ ਇੱਕ ਟੱਕ ਬਣ ਗਿਆ ਅਤੇ ਹੋਰ ਕੌਣ ਰਹਿੰਦੇ ਸੀ ਇੱਥੇ ਕਿਹੜੀ ਆਬਾਦੀ ਰਹਿੰਦੀ ਸੀ ਤੁਹਾਡੇ ਆਉਣ ਤੋਂ ਪਹਿਲੇ ਸਾਡੇ ਆਉਣ ਤੋਂ ਪਹਿਲਾਂ ਸਰਸੇ ਦੇ ਮਹਾਜਨ ਸੀ ਹਾਂਜੀ ਉਹਨਾਂ ਦੇ ਮਕਾਨ ਅਜੇ ਖੜ੍ਹੇ ਨੇ ਉਹ ਵੇਚ ਗਏ ਸੀ ਸੇਤੀਆਂ ਨੂੰ ਅੱਛਾ ਉਹ ਵੇਚ ਗਏ ਅਤੇ ਸੇਤੀਆਂ ਨੇ ਲੈ ਗਏ ਹਾਂ ਸੱਪਾਂ ਵਾਲੀ ਦੇ ਸੇਤੀ ਸੱਪਾਂ ਵਾਲੀ ਪਿੰਡ ਅਬੋਹਰ ਦੇ ਕੋਲ ਹਾਂਜੀ ਉਹ ਮਕਾਨ ਤਾਂ ਢਾਹ ਕੇ ਉਹ ਵੇਚ ਗਏ ਅਤੇ ਸੱਪਾਂ ਵਾਲੀਆਂ ਲੈ ਲਈ ਮਕਾਨ ਢਾਹ ਕੇ ਉਹ ਕੁਛ ਮਾਗੜੀਆਂ ਦਾ ਹਿੱਸਾ ਸੀਗਾ ਨਾਲ ਵੇਗਾ ਨਹੀਂ ਆਪਣੇ ਉੱਥੋਂ ਦੇ ਬੰਦੇ ਇੱਥੇ ਹਿੱਸੇਦਾਰ ਸੀਗੇ ਹਾਂਜੀ ਅੱਛਾ ਕੁਝ ਉਹਨਾਂ ਦਾ ਪਿੰਡ ਸੀਗਾ ਅਤੇ ਤੁਸੀਂ ਕਿੱਥੋਂ ਆਏ ਸੀਗੇ ਤੁਹਾਡੀ ਫੈਮਿਲੀ ਬਜ਼ੁਰਗ ਵੱਡੇ ਕਿੱਥੋਂ ਆਏ ਸੀਗੇ ਥਰੀਕੇ ਤੋਂ ਥਰੀਕੇ ਲੁਧਿਆਣੇ ਜਿੱਥੇ ਐਗਰੀਕਲਚਰ ਯੂਨੀਵਰਸਿਟੀ ਹੈ ਅੱਛਾ ਉਹ ਸਾਡਾ ਪਿੰਡ ਉਹਦੇ ਵਿੱਚ ਆ ਗਿਆ ਅੱਛਾ ਉਹ ਰਕਬੇ ਦੇ ਵਿੱਚ ਹੈਗੀ ਹੈ ਆਉਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਕੀ ਹੈ ਹਾਂਜੀ ਸਾਡੇ ਘਰ ਵਿੱਚ ਦੀ ਚੋਰੀ ਹੋ ਗਈ ਸੀ ਹਾਂ ਅਤੇ ਹਕੂਮਤ ਸੀ ਅੰਗਰੇਜ਼ਾਂ ਦੀ ਹਾਂ ਅੰਗਰੇਜ਼ ਬੜੀ ਸਖਤੀ ਕਰਦੇ ਸੀ ਅੱਛਾ ਅਤੇ ਬਜ਼ੁਰਗਾਂ ਨੇ ਸਾਡਾ ਪੜਦਾਦਾ ਫੌਜ 'ਚ ਭਰਤੀ ਸੀ ਹਾਂ ਅਤੇ ਉਹ ਪੈਨਸ਼ਨ ਆਇਆ ਹੋਇਆ ਸੀ ਉਹਨੇ ਆਖਿਆ ਵੀ ਮੇਰੀ ਪੈਨਸ਼ਨ ਵੀ ਜਾਊਗੀ ਅਤੇ ਮਰਨ ਕੁੱਟਣਗੇ ਵੀ ਕੋਮਨ ਤਾਂ ਇੱਥੋਂ ਖਿਸਕ ਚੱਲੋ ਅੱਛਾ ਗੱਡੇ ਜੋੜੇ ਚੱਲਦੇ 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 ਲੁਧਿਆਣੇ ਤੋਂ ਇੱਥੇ ਆ ਗਏ ਇੱਥੇ ਦੋ ਨਿੰਮਾਂ ਹੁੰਦੀਆਂ ਸੀ ਬੜੀਆਂ ਉੱਚੀਆਂ ਉੱਚੀਆਂ ਅੱਛਾ ਉੱਥੇ ਗੱਡੀਆਂ ਠੱਲੇ ਹਾਂ ਫਿਰ ਇੱਥੇ ਰਕਬਾ ਚਾਰ ਰੁਪਈਏ ਵਿਘਾ ਕੇ ਇਸ ਹਿਸਾਬ ਨਾਲ ਖਰੀਦਿਆ ਸੀ ਹਾਂਜੀ ਅੱਛਾ ਫਿਰ ਇੱਥੇ ਹੀ ਆਬਾਦ ਹੋ ਗਈ ਇਹ ਆਬਾਦ ਹੋ ਗਈ ਸ਼੍ਰੀ ਗਰੇਵਾਲ ਅਤੇ ਸੇਤੀਏ ਅਤੇ ਜਾਟ ਬਾਗੜੀ ਹਾਂ ਬੇਗਾ ਵਾਲੀ ਵਾਲੇ ਹਾਂਜੀ ਬੇਗਾ ਵਾਲੇ ਦਾ ਇੱਥੇ ਹਿੱਸਾ ਸੀਗਾ ਇਹਨਾਂ ਨੇ ਇਹ ਰਹੇ ਇਹਨਾਂ ਨੇ ਬਾਅਦ ਅੱਛਾ ਅਤੇ ਬਾਪੂ ਜੀ ਇੱਥੇ ਆਵਾ ਕਿਉਂ ਕਹਿੰਦੇ ਨੇ ਕਿੰਨੇ ਕਾਵੇ ਹੈਗੇ ਸੀ ਆਵਾ ਇੱਕੋ ਸੀ ਛੋਟਾ ਜਿਹਾ ਆਵਾ ਸੀਗਾ ਫਿਰ ਵਰਿਆਮਪੁਰਾ ਵਰਿਆਮਪੁਰਾ ਇਹਨੂੰ ਵਸਾਉਣ ਵਾਲਾ ਪਿੰਡ ਜੀ ਨੇ ਵਧਾ ਸੀ ਹਾਂਜੀ ਉਹਦਾ ਨਾਂ ਸੀ ਵਰਿਆਮ ਉਹਦਾ ਨਾਮ ਵਰਿਆਮ ਸੀਗਾ ਅਤੇ ਉਹਦੇ ਨਾਂ 'ਤੇ ਉਹਨੇ ਵਰਿਆਮਪੁਰਾ ਰੱਖ ਦਿੱਤਾ ਅਤੇ ਮਹਾਰਾ ਆਵਾ ਨਾਂ ਪੈ ਗਿਆ ਆਵਾ ਔਰ ਵਰਿਆਮਪੁਰਾ ਕੋਠਾ ਔਰ ਲੁਕਮਾਨਪੁਰਾ ਅੱਛਾ ਇਹ ਭਰਾ ਭਾਈਚਾਰਾ ਹੋਣਾ ਇਹਨਾਂ ਦਾ ਲੁਕਮਾਨ ਅਤੇ ਵਰਿਆਮ ਹੈ ਨਾ ਇਸ ਕਰਕੇ ਕਈ ਪਿੰਡ ਜਿਹਨਾਂ ਨਾਲ ਇਸ ਤਰ੍ਹਾਂ ਆਵਾ ਔਰ ਵਰਿਆਮਪੁਰਾ ਸੁਲਤਾਨਪੁਰ ਜਿੱਥੇ ਬੈਠੇ ਨੇ ਸੌੜ ਹਾਂਜੀ ਇਹ ਸੁਲਤਾਨਪੁਰਾ ਹੈ ਅੱਛਾ ਇਹ ਉਹਨਾਂ ਭਰਾਵਾਂ ਦਾ ਹੀ ਆਬਾਦ ਅੱਛਾ ਹੋਰ 47 ਦਾ ਵਕਤ ਵੀ ਤੁਸੀਂ ਦੇਖਿਆ ਹੋਣਾ 47 ਵੇਲੇ ਮੈਂ ਛੋਟਾ ਜਿਹਾ ਸੀਗਾ ਹਾਂਜੀ ਤੀਜੀ 'ਚ ਪੜ੍ਹਦਾ ਅੱਛਾ ਇੱਥੇ ਸਕੂਲ ਹੈਗਾ ਸੀ ਕਿ ਨਹੀਂ ਹਾਂ ਸ਼ਹਿਰ ਜਾਂਦੇ ਇੱਥੇ ਸਕੂਲ ਨੰਬਰ 1 ਦਾ ਹਾਂਜੀ ਉੱਥੇ ਹਸਪਤਾਲ ਦੇ ਨਾਲ ਹਾਂ ਸ਼ਾਸਤਰੀ ਚੌਂਕ ਕੋਲ ਉੱਥੋਂ ਫਿਰ ਗੌਰਮੈਂਟ ਸਕੂਲ 'ਚ ਜਾ ਕੇ ਮੈਟ੍ਰਿਕ ਉੱਥੋਂ ਕੀਤੀ ਹਾਂ ਅਤੇ ਉਹ ਵਕਤ ਤਾਂ ਯਾਦ ਨਹੀਂ ਹੋਣਾ ਕਿਹੜਾ 47 ਵਾਲਾ 47 ਵੇਲੇ ਇਹ ਸੀ ਮੈਂ ਬਿਮਾਰ ਬੜਾ ਹੋ ਗਿਆ ਸੀ ਬੜਾ ਬਿਮਾਰ ਹੋ ਗਿਆ ਸੀ ਅੱਛਾ ਮੈਨੂੰ ਹੋਸ਼ ਨਹੀਂ ਬੁਲਾਉਂਦੇ ਮੈਂ ਬੋਲਦਾ ਨਹੀਂ ਸੀ ਮੰਜੇ ਤੋਂ ਲਾਹ ਲਿਆ ਥੱਲੇ ਵੀ ਤਾਂ ਗਿਆ ਬਾਪ ਮੇਰਾ ਥਰਕੀ ਸੀ ਦਾਦੇ ਸਾਡਾ
114 साल का होकर मरिया सी ओदा इलाज करवाया उन्होंने आदतों से जी इलाज उन्हें बड़ा इलाज किया मैं थले ला लेना भी तो गया फिर हौली हौली सह एक उदों लड़ाई लग गई पाकिस्तान से हिंदुस्तान बन गए वक्त की गल है तो डॉक्टर थे दवाई थे आवे दवाई ना थे आवे डॉक्टर थे आवे इतने सिर्फ दो बंदे मिले एक वैद राम गोपाल कट्टा कर कोई दुकान सी हाँ जी तो एक संत संत सी इतने जो बख्तियार पारा जहा बड़ा अच्छा ये दो आके मेरा इलाज करते रहे बाप भी मेरा दा पागल हो गया सामना सामना हौली 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 बचता बचता बच गया वाहगुरु ने बचा लिया उदो मैं तीजी पढ़ता था जो पाकिस्तान बढ़िया तो बीमार था जो तो ये जड़िया पिंड दी गलियां ने उदो भी एवें सीगिया खुलियां तो या सौड़ियां तंग या होर नमूने आ गली है ना हाँ जी ये तो एवें सीगी अच्छा इस तरह पक्की करा ली आज गली तो इधर सारे गरेवाल का अच्छा ये एरिया जेड़ा गरेवाल का सी हाँ तो बाकी सारे मुदनी सी मुसलमान अच्छा मुसलमान वो भाईचारे के लोग भी रहिंदे सी वो आ गली तो परा नू ना हाँ जेड़े बादी है ये सारी उन्होंने मुसलमान अच्छा तो उन्होंने नाल भाईचारा किवें हैगा सी बहुत वधिया सी बड़े वरतदे सन बड़े वरतदे सीगे जदों कई बार पिंडा दी आपस खह वाली हो जाना हाँ जी ये सारे ये नहीं चाहते थे भी ये सिख है सियाने से भी मुसलमान है कट्ठे हो जाना तो आ जाओ भी डंग डंगी होना हो जाओ ये काम होता रहा हाँ भी जो पिंड का मसला तो सांझे हो जाना कट्ठे हो जाते हूँ नहीं है वो हूँ वो जमाना बदल गया है तो उन्होंने वे तो छोटे होंगे कोई यार दोस्त भी होने हैं यार बेली हाँ रल के खेडते रहे हैं कोई नाम याद है जी आ इत जरा आ ना हूँ मेरे को था हाँ जी इतने एक मियाँ होंगे सी हाँ वो मुंडे से दो एक दिन मिनी आखने एक दिन शब्दा आख लेंगे सी वो जिते हम आर्मी स्कूल जिते इस वे तहसील है ना हाँ जी उत्थे सलामिया स्कूल सी सलामिया स्कूल सी हाँ उत्थे पढ़ देंगे वो उत्थे पढ़ दे सी असी एक नंबर स्कूल पढ़ दे रहे होर भी कोई है के सी नाम याद हो तुहानू उन्हां दे शायद वो आज जिंदा होने पे देख दे उन तुहानू मुसलमानां ने हाँ जी जेड़ा आ मकान ये सारा ऐसा आई हाँ जी इत्थे मुसलमान रहिंदे सी वो राई सीगे राई सीगे हाँ जी इत्थे बुलारे सी सेठां दे हाँ जमीन वाले हाँ वो रम्मा सी अली सी वली सी जल्लू सी ये नाम उन्होंने नाम तो सारे याद है हयात सी जानी सी ते रहमत अली हुंदा सी ओ जरा कब ओ पोल खड़ा ना हाँ जी उत्थे मकान उन्हां दा रहमत अली दा हाँ ऐ पिंड जवाक जी पर उरा परा नवाब हुंदा सी परले गली जांदी ना हाँ पर ओ नवाब हुंदा सी कादर सादक अगम मसीत आ गई सी मसीत मेरे दादे ने बना दित्ती सी मुसलमानां ने अच्छा दादा जी ने मुसलमान भाईचारे वास्ते मसीत बना के दी के दी हाँ खर्चा आप कीता आप दे पल्लों सब कुछ लाया ते जेड़ा तुसी नवाब नाम दसा ए नवाब सीगा या नाम ही सिर्फ ना ही सी नवाब ना ही नवाब सी सारा सिर ही रहंदा रहया बाबे दा अच्छा ते इत्थे मसीत होर किनियां हैगियां सी इत्थे इत्थे पर कोई सी एक ही सीगी ए लोग पता की करदे सी हां कई मसीत ना जांदे ना उन्होंने घर च एक नुक्कर च दब जी सरगी वट के बिछाई होनी उत्थे बह के नमाज पढ़ लेनी कई दिन मसीत जा वड़दे मसीत मेरे दादे ने बना के दित्ती सारा कुछ लगाया भी उन्होंने पैसा पला बिल्कुल सारा कुछ लाया तो गुरुद्वारा साहब किन्ने सी उस वक्त गुरुद्वारा साढ़े पिंड है नहीं सी है नहीं सी आ हुण बनाया ये बाद च बनाया अच्छा सिर्फ एक मुसलमान वापस आया मिलने वास्ते वो भी आपके घर का नक्शा बनाने वास्ते भी मैं उदो मेरा मकान मिल जाएगा अच्छा ओ भी सेम बनाने वास्ते ओ आया सी इत्थे हाँ पासपोर्ट ते आए उन्हें वीजा वगैरह लगवा बादू सी उहदा नाम की नाम सी बादू 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 व्यापारी सी साडे पिंड दे मुसलमान जिन्ने सी ना बड़ा माल कराची लैके जा वेचदे ते कराचीओ इत्थे लिआंदे पशु एने वेचदे
अच्छा व्यापार का काम करते सी ते ओ जिहड़ा वादू तुसी दस्दे हो आया सी ओ कदों आया सी सन कोई याद होवे 10 साल हो गए 20 साल हो गए ओनू मैं उदो पटवारी लग्या होया सी अच्छा मैं जिथे गुंजाल पिंड है गंगानगर दे नाल हादी है समझ लो उत्थे उत्थे लग्या सा ते मैं छुट्टी आया सा ते मेरे आउंदे नू बैठा सा अच्छा ਅਤੇ ਹੁਣ ਵੀ ਪਿੰਡ ਤਾਂ ਬੜਾ ਵਧੀਆ ਖੁੱਲ੍ਹਾ ਖੁੱਲ੍ਹਾ ਜਿਹਾ ਜਾਪਦਾ ਹੈ ਨਾ ਬਾਅਦ 'ਚ ਫਿਰ ਸਾਰਿਆਂ ਨੇ ਦੇਖ ਮੈਂ ਦੱਸਾਂ ਹਾਂਜੀ ਸਾਰੀਆਂ ਸੜਕਾਂ ਪਿੰਡ ਵਾਲੇ ਨੇ ਬਣਾਈਆਂ ਕਮੇਟੀ ਨੇ ਸਾਥ ਦਿੱਤਾ ਗੁਰਦੁਆਰਾ ਪਿੰਡ ਨੇ ਪਾਇਆ ਹਾਂ ਔਰਲਾ ਪੰਚਾਇਤ ਘਰ ਹੈ ਅੱਛਾ ਅਤੇ ਇਹਦੇ ਪਿਛਲੇ ਪਾਸੇ ਪਾਸੇ ਸਕੂਲ ਹੈ ਅਤੇ ਉਦੋਂ ਇੱਕ ਤਾਂ ਮਸਜਿਦ ਹੋ ਗਈ ਇੱਥੇ ਸਕੂਲ ਹੈ ਨਹੀਂ ਸੀ ਹੋਰ ਕੀ ਚੀਜ਼ ਹੈਗੀ ਸੀ ਕੋਈ ਪੰਚਾਇਤ ਘਰ ਜਾਂ ਕੋਈ ਵਿਆਹ ਸ਼ਾਦੀ ਵਾਸਤੇ ਬਣਾਇਆ ਹੋਵੇ ਵਿਆਹ ਸ਼ਾਦੀ ਵਾਸਤੇ ਇਉਂ ਸੀ ਵੀ ਇਹ ਕਰਨ ਤੋਂ ਇੱਧਰ ਇੱਧਰ ਸਾਰੇ ਗਰੇਵਾਲਾ ਦੇ ਕਰਨ ਹਾਂਜੀ ਸਾਡੇ ਵਿਆਹ 'ਚ ਘਰਾਂ 'ਚ ਇੱਕ ਘਰ ਸਮਾਨ ਬਾਹਰ ਜਾਣਾ ਵਿਹਲਾ ਕਰ ਦੇਣਾ ਅੱਛਾ ਜਾਣ ਉੱਥੇ ਸਾਰ ਦੇ ਅੱਛਾ 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 ਰੋਟੀ ਪਾਣੀ ਵਿਆਹ ਵਾਲੇ ਘਰ ਖਾ ਮਤਲਬ ਸਾਂਝਾ ਹੀ ਕੰਮ ਸੀਗਾ ਜਿਵੇਂ ਇੱਕ ਹੀ ਪਰਿਵਾਰ ਹੁੰਦਾ ਹੈ ਨਾ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਇੱਦਾਂ ਹੀ ਕਰਦੇ ਹੈਗੇ ਸੀ ਹਾਂ ਹਾਂ ਮੁਸਲਿਮ ਹੁਣ ਸਾਡੀਆਂ ਸ਼ਾਦੀਆਂ 'ਚ ਆ ਜਾਂਦੇ ਸੀ ਅਸੀਂ ਉਹਨਾਂ ਨੇ ਜਾਵਾਂਗੇ ਸਰ ਅੱਛਾ ਇੱਕ ਦੂਜੇ ਨਾਲ ਵਿਆਹ ਵਰਤਣ ਚੰਗਾ ਹੈਗਾ ਸੀ ਜਾਣ ਲੱਗੇ ਅਸੀਂ ਉਹਨਾਂ ਨੂੰ ਗੱਡੀਆਂ 'ਤੇ ਲੱਦ ਕੇ ਆਪ ਛੱਡ ਕੇ ਆਏ ਸਮਾਨ ਬਾਰਡਰ ਤੱਕ ਉਹਨਾਂ ਦਾ ਅੱਛਾ ਉਹਨਾਂ ਦਾ ਸਮਾਨ ਤੁਸੀਂ ਆਪ ਹੀ ਛੱਡ ਕੇ ਆਏ ਹੋ ਬਾਰਡਰ ਤੱਕ ਆਪਣੇ ਸਾਦਕੀ ਬਾਰਡਰ ਤੱਕ ਹਾਂ ਹਾਂ ਸਾਦਕੀ ਤੋਂ ਥੋੜ੍ਹਾ ਜਿਹਾ ਜਾਂਦੇ ਅੱਛਾ ਸਾਈਡ 'ਤੇ ਸਾਦਕੀ ਤੋਂ ਲੰਘਣ ਥਾਂ ਉੱਧਰ ਵੀ ਮਤਲਬ ਆਉਣਾ ਹਿੰਦੂ ਇੱਧਰ ਮੁਸਲਮਾਨ ਵਾਪਸੀ ਟਕਰਾਅ ਹੋ ਜਾਣਾ ਸੀਗਾ ਫਿਰ ਫਿਰ ਜਦ ਆਰਮੀ ਆ ਗਈ ਨਾ ਹਾਂਜੀ ਆਰਮੀ ਦੁਆਰਾ ਬਾਰਡਰ ਸਿਰੇ 'ਤੇ ਖੜੋ ਗਈ ਕਹਿੰਦੇ ਪਹਿਲਾਂ ਤੁਸੀਂ ਵੀ ਇੱਥੋਂ ਰੁਕੋ ਪਹਿਲਾਂ ਉਹ ਲੰਘ ਲੈ ਤੁਸੀਂ ਰੁਕ ਜਾਓ ਵੀ ਫਿਰ ਉਹ ਆ ਜਾਣ ਐਂ ਟੱਪਦੇ ਰਹੇ ਕਈ ਸਿੱਧੇ ਬਾਰਡਰ ਤੋਂ ਕਿਸੇ ਕਿਸ਼ਤੀਆਂ ਰਾਹੀਂ ਟੱਪ ਗਏ ਕੋਈ ਸਿੱਧੇ ਛਾਲ ਮਾਰ ਗਏ ਇੱਕ ਮੁਸਲਮਾਨ ਅਸੀਂ ਤਿੰਨ ਭਾਈ ਸੀ ਵੱਡਾ ਭਾਈ ਮੇਰਾ ਬੂਟਾ ਸੀ ਛੋਟਾ ਗੁਰਦੇਵ ਸਿੰਘ ਮੈਂ ਹਰਚੰਦ ਸਿੰਘ ਹਾਂਜੀ ਉਹਦਾ ਉਹ ਪੱਗ ਵੱਟ ਭਰਾ ਬਣਿਆ ਹੋਇਆ ਸੀ ਹਜਾਇਤ ਉਹਦਾ ਨਾਂ ਸੀ ਉਹ ਉੱਥੋਂ ਰਾਤ ਨੂੰ ਇੱਥੇ ਇੱਥੇ ਮਾਲ ਵੱਜਦਾ ਸੀ ਬਾਰਿਸ਼ਾਂ ਬੜੀਆਂ ਹੋਈਆਂ ਉਦੋਂ ਉਸ ਸਾਲ ਅੱਛਾ ਉਹ ਇੱਥੇ ਆ ਗਿਆ ਰਾਤ ਨੂੰ ਇਹ ਦੱਸਣ ਵਾਸਤੇ ਵੀ ਸਾਡੇ ਸਲਾਹ 8-10 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਅੰਨ ਪਾਣੀ ਸਾਡੇ ਕੋਲ ਨਾਲ ਲੈ ਕੇ ਤੁਰਿਆ ਸੀ ਭੁੱਖੇ ਤਿਆਰ ਅੰਨ ਕਹਿੰਦੇ ਤਾਂ ਭੁੱਖਾ ਵੀ ਮਰਾਂਗੇ ਕਿ ਪਿੰਡ ਨੂੰ ਪਏ ਚਲੋ ਲੁੱਟ ਲਓ ਕੋਈ ਮਰ ਜਾਵੇ ਕੋਈ ਮਾਰ ਜਾਵੇ ਹੋਰ ਕੀ ਹੋਊਗਾ ਉਹ ਵਿਚਾਰਾ ਉੱਥੋਂ ਮੇਰੇ ਭਰਾ ਨਾਲ ਦੀ ਪੱਗ ਵੱਟੀ ਸੀ ਉੱਥੋਂ ਚੱਲ ਕੇ ਰਾਤ ਨੂੰ ਆਇਆ ਅਤੇ ਇੱਥੇ ਆ ਕੇ ਇਹਨਾਂ ਨੂੰ ਕਹਿ ਗਿਆ ਤੁਸੀਂ ਆਪਦਾ ਵੀ ਤਿਆਰੀ ਕਰ ਲਓ ਉਹ ਪੈਣਗੇ ਭੁੱਖੇ ਨਾ ਉਹ ਵੀ ਦੱਸ ਗਿਆ ਅਤੇ ਜਾਂਦਾ ਰਿਹਾ ਫਿਰ ਅਸੀਂ ਕੀ ਕੀਤਾ ਰਾਤ ਨੂੰ ਗੱਡੀ ਤੋੜ ਕੇ ਤੁਰਦਾ ਤਲ ਨੂੰ ਤੁਰਦਾ ਤਲ ਦਾ ਮਤਲਬ ਛੋਟੇ ਬੱਚੇ ਜਿਹੜਾ ਨਹੀਂ ਆ ਉਹ ਅਸੀਂ ਗੱਡੇ ਉੱਤੇ ਇੱਥੋਂ ਪਿੰਡ ਛੱਡ ਗਏ ਅਤੇ ਬੰਨੇ ਅਤੇ ਡੰਗਰ ਇੱਥੇ ਰਹਿ ਗਏ ਅੱਛਾ 8 ਮਹੀਨੇ ਕੁ ਤਾਈਂ ਪਾਸੇ ਅੱਗੋਂ ਪਾਸੇ ਕੱਟ ਕੇ ਵਕਤ ਫਿਰ ਆ ਗਿਆ ਫਿਰ ਫਿਰ ਕੰਟਰੋਲ ਹੋ ਗਿਆ ਕੰਮ ਜਾਣ ਆਉਣ ਦਾ ਇਹ ਸੜਕ ਤਾਈਂ ਪਹਿਲਾਂ ਬਈ ਇੱਕ ਪਾਸਾ ਟੱਪ ਲਓ ਫਿਰ ਅਗਲੇ ਦਿਨ ਦੂਜਾ ਪਾਸਾ ਟੱਪ ਲਓ ਐਂ ਕਰਦੇ ਐਂ ਬਦਲਾਅ ਮਤਲਬ ਇੱਥੇ ਕੋਈ ਕਤਲੇਆਮ ਵਗੈਰਾ ਕੁਛ ਨਹੀਂ ਹੋਇਆ ਇੱਕ ਕਤਲ ਹੋਇਆ ਉਹ ਵੀ ਮੁਸਲਮਾਨਾਂ ਅਤੇ ਹਿੰਦੂਆਂ ਦਾ ਨਹੀਂ ਮਾਇਨਾਂ ਦਾ ਅਤੇ ਸਾਡੇ ਮੇਰੇ ਤਾਏ ਦੇ ਪੁੱਤਾਂ ਹੋਰ ਕੁਤਲ ਹੋ ਗਿਆ ਸੀਗਾ ਉਹ ਲੜ ਪਏ ਸੀ ਆਪਸ ਅੱਛਾ ਉਹ ਆਪਸੀ ਪਰਸਨਲ ਲੜਾਈ ਹੋਣੀ ਹੈ ਕੋਈ ਖੇਤ ਵਿੱਚ ਪਾਣੀ ਦੀ ਵਾਰੀ ਪਾਣੀ ਦੀ ਵਾਰੀ ਪਿੱਛੇ ਆਪਣੇ ਲੜਦੇ ਵੀ ਜ਼ਿਆਦਾ ਪਾਣੀ ਦੀ ਵਾਰੀ ਪਿੱਛੇ ਜਾਂ ਖੇਤ ਪਿੱਛੇ ਨਾ ਪਾਣੀ ਬੜਾ ਕੀਮਤੀ ਚੀਜ਼ ਹੈ ਕੀਮਤੀ ਚੀਜ਼ ਹੈ ਜੇ ਦੂਜੀ ਤਰ੍ਹਾਂ ਆਵੇ ਤਾਂ ਫਿਰ ਭੈੜਾ ਵੀ ਹੈ ਹਾਂ ਜਿਵੇਂ ਹੜ੍ਹ ਵਾਲਿਆਂ ਦਾ ਆਇਆ ਵਿਚਾਰਾ ਹੜ੍ਹ ਵਾਲਿਆਂ ਆਇਆ ਬੜੇ ਮੀਂਹ ਪਏ ਜੇ ਉਦੋਂ ਮੀਂਹ ਨਾ ਪੈਂਦੇ ਹਾਂਜੀ ਜਦੋਂ ਬਣਿਆ ਤੇ ਦੁਨੀਆਂ ਬਿਮਾਰੀ ਨਾਲ ਹੀ ਮਰ ਜਾਂਦੀ ਅੱਛਾ ਨਾਲੇ ਪੀਣ ਵਾਸਤੇ ਵੀ ਉਹਨਾਂ ਕੋਲ ਕੁਝ ਨਹੀਂ ਹੈਗਾ ਸੀ ਪਾਣੀ ਵਗੈਰਾ ਤਾਂ ਮਿਲਦਾ ਹੀ ਨਹੀਂ ਸੀ